ਸਤਿਕਾਲ ਸਰ। ਐਮ ਪੀ ਦੇ ਵਿੱਚ ਭਾਰੀ ਬਾਰਿਸ਼ ਹੋਈ ਹੈ, ਨਾਸਿਕ ਦੇ ਵਿੱਚ ਭਾਰੀ ਬਾਰਿਸ਼ ਹੋਈ ਹੈ, ਉਹਦੇ ਕਰਕੇ ਪਿਆਜ਼ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਹੋਇਆ, ਪਿਆਜ਼ ਕਾਫੀ ਜ਼ਿਆਦਾ ਖਰਾਬ ਹੋ ਗਿਆ ਸੀ। ਅਤੇ ਜਿਹੜਾ ਅਫਗਾਨਿਸਤਾਨ ਤੋਂ ਪਿਆਜ਼ ਆ ਰਿਹਾ, ਕਿ ਲੱਗਦਾ ਤੁਹਾਨੂੰ ਉਸ ਦੇ ਨਾਲ ਰੇਟ ਘਟੇਗਾ? ਹਾਂਜੀ ਬਿਲਕੁਲ ਘਟੇਗਾ ਜੀ। 200 ਟਰੱਕਸ ਅਫਗਾਨਿਸਤਾਨ ਦੇ ਵਿੱਚ ਪਿੱਛੇ ਹੈਗੇ ਹੈ, ਜਦਕਿ ਕੱਲ੍ਹ 85 ਟਰੱਕ ਇੰਡੀਆ ਦੇ ਵਿੱਚ ਆਏ ਹੈ। ਅਤੇ ਕਿੰਨੇ ਟਰੱਕ ਆਪਣੇ ਅੰਮ੍ਰਿਤਸਰ ਮੰਡੀ ਦੇ ਪਹੁੰਚੇ? ਅੰਮ੍ਰਿਤਸਰ ਮੰਡੀ ਦੇ ਵਿੱਚ ਆਏ ਆ 15 ਤੋਂ 20 ਟਰੱਕਸ ਆਏ ਆ, ਬਾਕੀ ਦਿੱਲੀ ਮੰਡੀ ਦੇ ਵਿੱਚ ਜਾ ਰਹੇ ਆ ਟਰੱਕਸ, ਜਾਂ ਹੋਰ ਪੰਜਾਬ ਦੀਆਂ ਦੂਸਰੀਆਂ ਮੰਡੀਆਂ ਦੇ ਵਿੱਚ ਵੀ ਜਾ ਰਹੇ ਆ, ਈਵਨ ਕਿ ਰਾਜਸਥਾਨ ਦੇ ਵਿੱਚ ਵੀ ਇੱਥੋਂ ਪਿਆਜ਼ ਜਾ ਰਿਹਾ। ਵੀ ਪਿਆਜ਼ ਤੋਂ ਬਿਨਾਂ ਸਬਜ਼ੀ ਨਹੀਂ ਬਣਾਉਂਦਾ, ਪਰ ਅੱਜ ਕੱਲ੍ਹ ਜਿਹੜਾ 100-150 ਰੁਪਏ ਕਿਲੋ ਪਿਆਜ਼ ਚੱਲ ਰਿਹਾ, ਠੀਕ ਹੈ, ਅਤੇ ਗਰੀਬ ਬੰਦਾ ਕਿੱਥੋਂ ਖਾਏਗਾ? ਪਹਿਲਾਂ ਪਿਆਜ਼ ਨਾਲ ਰੋਟੀ ਖਾ ਲੈਂਦਾ ਸੀ, ਹੁਣ ਤਾਂ ਉਹਦੇ ਕੋਲ ਰੋਟੀ ਵੀ ਨਹੀਂ ਖਾਧੀ ਜਾਂਦੀ ਵੀ ਪਿਆਜ਼ ਨਾਲ। ਜ਼ਿਆਦਾ ਸਰਕਾਰ ਨੂੰ ਕੁਛ ਕਰਨਾ ਚਾਹੀਦਾ ਨਾ, ਬਾਹਰੋਂ ਇੰਪੋਰਟ ਕਰ ਰਹੇ ਆ, ਇੰਪੋਰਟ ਕਰ ਰਹੇ ਤਾਂ ਪਿਆਜ਼ ਦਾ ਰੇਟ ਕਿਉਂ ਨਹੀਂ ਘੱਟ ਰਿਹਾ? ਕਹਿੰਦੇ ਅਫਗਾਨਿਸਤਾਨ ਤੋਂ ਆ ਰਿਹਾ, ਪਾਕਿਸਤਾਨ ਤੋਂ ਆ ਰਿਹਾ, ਮਤਲਬ ਜੇਕਰ ਆ ਰਿਹਾ ਹੈ ਤਾਂ ਆਪਣਾ ਉਹਦੀ ਫਾਇਦਾ ਆਮ ਜਨਤਾ ਨੂੰ ਕਿਉਂ ਨਹੀਂ ਮਿਲ ਰਿਹਾ? ਜਾਂ ਤਾਂ ਉਹ ਰੇਟ ਘਟਾਉਣ ਉਹਦਾ, ਤਾਂ ਵੀ ਆਮ ਜਨਤਾ ਨੂੰ ਵੀ ਥੋੜ੍ਹਾ ਫਾਇਦਾ ਹੋਵੇ, ਨੋਰਮਲ ਬੰਦਾ ਵੀ ਖਾ ਸਕੇ। ਇੰਨੀ ਮਹਿੰਗਾਈ ਕਰਕੇ ਫਿਰ ਸਰਕਾਰ ਕੀ ਦੱਸਣਾ ਚਾਹੁੰਦੀ ਹੈ? ਹਰ ਚੀਜ਼ ਦਾ ਰੇਟ ਵੱਧ ਰਿਹਾ ਅੱਜ ਕੱਲ੍ਹ।